ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾਵਾ ਨਾਨਕ ਵਿਖੇ ਬੀਜੇਪੀ ਦੀ ਇੱਕ ਵਿਸ਼ੇਸ਼ ਮੀਟਿੰਗ ਰਾਜੂ ਪੰਡਤ ਜ਼ਿਲ੍ਹਾ ਸਕੱਤਰ ਦੀ ਅਧਿਅਕਸ਼ਤਾ ਦੇ ਵਿੱਚ ਹੋਈ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕੋਨ ਵੀ ਦਬਾ ਲਓ। ਰਾਜੂ ਪੰਡਤ ਜ਼ਿਲ੍ਹਾ ਸਕੱਤਰ ਦੇ ਯਤਨਾਂ ਸਦਕਾ ਨਵੇਂ ਬਣੇ ਮੰਡਲ ਪ੍ਰਧਾਨ ਗੁਰਬਖਸ਼ ਸਿੰਘ ਦੀ ਅਧਿਅਕਸ਼ਤਾ ਦੇ ਵਿੱਚ ਬੀਜੇਪੀ ਦੀ ਇੱਕ ਵਿਸ਼ੇਸ਼ ਮੀਟਿੰਗ ਕੋਰੀਡੋਰ ਵਿਖੇ ਕੀਤੀ ਗਈ, ਜਿਸ ਦੇ ਵਿੱਚ ਕੇਜੀ ਭੰਡਾਰੀ, ਰਜੇਸ਼ ਪਾਵਾ, ਸ਼ੇਪਾ ਰਾਜਨ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਸ਼ਾਮਿਲ ਹੋਏ ਤੇ ਉਹਨਾਂ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਰੈਲੀ ਦਾਣਾ ਮੰਡੀ ਗੁਰਦਾਸਪੁਰ ਵਿਖੇ ਹੋ ਰਹੀ ਹੈ, ਉਸ ਰੈਲੀ ਨੂੰ ਕਿਵੇਂ ਯੋਜਨਾਬੱਧ ਸਫਲ ਕਰਨਾ ਹੈ, ਉਸ ਬਾਰੇ ਇਸ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਗਈ ਤੇ ਨਾਲ ਹੀ ਡੇਰਾ ਬਾਬਾ ਨਾਨਕ ਤੋਂ ਮੰਡਲ ਪ੍ਰਧਾਨ ਗੁਰਬਖਸ਼ ਸਿੰਘ ਨੂੰ ਬਣਾਇਆ ਗਿਆ। ਆਓ ਦੇਖਦੇ ਹਾਂ ਇਸ ਮੀਟਿੰਗ ਦੇ ਵਿੱਚ ਵੱਖ ਵੱਖ ਅਹੁਦੇਦਾਰਾਂ ਨੇ ਕੀ ਕਿਹਾ। ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ। ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਮੰਡਲ ਪ੍ਰਧਾਨਗੀ ਦਿੱਤੀ ਹੈ ਤਾਂ ਮੈਂ ਇਹਦੀ ਤਨਦੇਰੀ ਨਾਲ ਨਿਭਾਵਾਂਗਾ ਅਤੇ ਬੀਜੇਪੀ ਪਾਰਟੀ ਨੂੰ ਪੂਰੇ ਪਿੰਡਾਂ ਤੱਕ ਲੈ ਕੇ ਜਾਵਾਂਗੇ। 18 ਤਰੀਕ ਐਤਵਾਰ ਨੂੰ ਸਾਡੇ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਆ ਰਹੇ ਨੇ ਔਰ ਮੋਦੀ ਸਰਕਾਰ ਦੇ 9 ਸਾਲ ਜੋ ਅਸੀਂ ਪੂਰੇ ਕੀਤੇ ਨੇ, ਜੋ ਉਪਲਬਧੀਆਂ ਨੇ ਸਾਡੀਆਂ, ਜੋ ਅਸੀਂ ਗਰੀਬਾਂ ਲਈ, ਗਰੀਬ ਹਿਤੈਸ਼ੀ ਹੋਣ ਦਾ ਜੋ ਸਬੂਤ ਦਿੱਤਾ ਉਹਦੇ ਵਿਸਤਾਰ ਨਾਲ ਆਪਣਾ ਚਾਨਣਾ ਪਾਉਣਗੇ ਔਰ ਅਸੀਂ 18 ਤਰੀਕ ਨੂੰ ਗੁਰਬਖਸ਼ ਸਿੰਘ ਜੀ ਮੰਡਲ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਹੁੰਮ ਹੁਮਾ ਕੇ ਬੇਸ਼ੁਮਾਰ ਕਾਫਲਾ ਲੈ ਕੇ ਜਾਵਾਂਗੇ। ਅੱਜ ਅਸੀਂ ਡੇਰਾ ਬਾਬਾ ਨਾਨਕ ਮੰਡਲ ਦੀ ਮੀਟਿੰਗ ਕੀਤੀ ਆ, ਸਾਡੇ ਮੰਡਲ ਪ੍ਰਧਾਨ ਗੁਰਬਖਸ਼ ਜੀ ਨੇ ਕਰਾਈ ਹੈ ਮੀਟਿੰਗ ਔਰ ਜ਼ਿਲ੍ਹਾ ਪ੍ਰਧਾਨ ਸਾਡੇ ਸ਼ਿਵਬੀਰ ਜੀ ਔਰ ਸਾਡੇ ਇਸ ਜ਼ੋਨ ਦੇ ਪ੍ਰਭਾਰੀ ਰਜੇਸ਼ ਬਾਘਾ ਜੀ ਔਰ ਕਾਲੋਂ ਸਾਹਿਬ, ਸਾਰੀ ਸਾਡੀ ਟੀਮ ਅੱਜ ਹਾਜ਼ਰ ਹੋਈ ਹੈ। ਸਾਡੀ ਪਾਰਟੀ ਨੇ, ਕੇਂਦਰ ਦੀ ਲੀਡਰਸ਼ਿਪ ਨੇ ਇੱਕ ਕਾਰਜਕ੍ਰਮ ਦਿੱਤਾ ਵਾ 30 ਮਈ ਤੋਂ ਲੈ ਕੇ 30 ਜੂਨ ਤੱਕਰ 9 ਸਾਲ ਬੇਮਿਸਾਲ, ਵੀ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋ ਗਏ ਆ ਔਰ ਉਹਦੇ ਲਈ 1 ਮਹੀਨੇ ਦੇ ਕਾਰਜਕ੍ਰਮ ਜਿਹੜੇ ਆ ਸਾਨੂੰ ਮਿਲੇ ਆ। ਉਸ ਨਾਤੇ ਅਸੀਂ ਸਾਰੇ ਅਲੱਗ ਅਲੱਗ ਮੰਡਲਾਂ ਜਾ ਕੇ ਆਪਣੇ ਸਾਥੀਆਂ ਨੂੰ ਮਿਲਦੇ ਹਾਂ ਔਰ ਇਹਨਾਂ ਸੁਨੇਹਾ ਦੇ ਰਹੇ ਹਾਂ ਕਿ ਪੰਜਾਬ ਨੂੰ 2 ਰੈਲੀਆਂ ਮਿਲੀਆਂ ਵਾ। 1 14 ਤਰੀਕ ਨੂੰ JP ਨੱਡਾ ਜੀ ਆ ਰਹੇ ਆ ਹੁਸ਼ਿਆਰਪੁਰ ਦੇ ਵਿੱਚ ਔਰ ਦੂਸਰੀ ਗੁਰਦਾਸਪੁਰ ਨੂੰ ਮਿਲੀ ਹੈ ਦਾਣਾ ਮੰਡੀ ਦੇ ਵਿੱਚ, ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀਮਾਨ ਅਮਿਤ ਸ਼ਾਹ ਜੀ ਆ ਰਹੇ ਆ 18 ਤਰੀਕ ਐਤਵਾਰ ਨੂੰ। ਉਹਦੇ ਲਈ ਅਸੀਂ ਮੰਡਲ ਮੰਡਲ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਵੀ ਕਿੰਨੀਆਂ ਕਿੰਨੀਆਂ ਬੱਸਾਂ ਜਿਹੜੀਆਂ ਆਪਣੇ ਆਪਣੇ ਮੰਡਲ ਦੇ ਵਿੱਚੋਂ ਆਉਣੀਆਂ ਮੈਂ ਔਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਪਿੰਡ ਪਿੰਡ ਦੇ ਵਿੱਚ BJP ਦਾ ਜਿਹੜਾ ਝੰਡਾ ਚੱਕਣ ਵਾਲੇ ਬੰਦੇ ਖੜ੍ਹੇ ਹੋ ਗਏ ਆ ਔਰ ਮੈਂ ਉਹਦੇ ਲਈ ਆਪਣੇ ਜ਼ਿਲ੍ਹਾ ਪ੍ਰਧਾਨ ਸ਼ਿਵਬੀਰ ਜੀ ਨੂੰ ਵਧਾਈ ਦਊਂਗਾ ਕਿ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਸਾਡੇ ਮੰਡਲ ਪ੍ਰਧਾਨ ਔਰ ਸਾਡੀ ਟੀਮਾਂ ਤਿਆਰ ਕੀਤੀਆਂ ਮੈਂ ਔਰ ਸਾਨੂੰ ਪੂਰਾ ਨਾਸ ਹੈ ਕਿ 18 ਤਰੀਕ ਨੂੰ ਜਿਹੜੀ ਰੈਲੀ ਹੋਣ ਜਾ ਰਹੀ ਗੁਰਦਾਸਪੁਰ 'ਚ ਉਹ ਇੱਕ ਇਤਿਹਾਸਿਕ ਰੈਲੀ ਹੋਏਗੀ। ਉਹਦਾ ਇੱਕ ਮੈਸੇਜ ਦਿੱਲੀ ਤੱਕ ਜਾਏਗਾ ਕਿ ਪੰਜਾਬ ਦੇ ਲੋਕ ਹੁਣ BJP ਨੂੰ ਪਸੰਦ ਕਰਨ ਲੱਗ ਪਏ ਆ, ਪਿੰਡਾਂ ਦੇ ਵਿੱਚ ਵੀ ਪਸੰਦ ਕਰਨ ਲੱਗ ਪਏ ਆ। ਇਸ ਮਕਸਦ ਨੂੰ ਲੈ ਕੇ ਅਸੀਂ ਅੱਜ ਮੀਟਿੰਗ ਕੀਤੀ ਹੈ। ਪੰਜਾਬ ਦੇ ਰਾਜਪਾਲ ਜੀ ਦੇ, ਭਗਵੰਤ ਮਾਨ ਜੀ ਦੇ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇੱਕ ਪ੍ਰੋਟੋਕੋਲ ਹੁੰਦਾ ਵਾ, ਜਿਹੜਾ ਗਵਰਨਰ ਹੁੰਦਾ ਨਾ ਉਹ ਕਸਟੋਡੀਅਨ ਹੁੰਦਾ ਵਾ ਸਾਡੇ ਕੋਨਸਟੀਟਿਊਸ਼ਨ ਦਾ, ਠੀਕ ਹੈ ਨਾ। ਉਹ ਸੁਪਰੀਮ ਕੋਰਟ ਨੇ ਵੀ ਕਿਹਾ ਵਾ ਵੀ ਜਿਹੜਾ ਵੀ ਗਵਰਨਰ ਸਾਹਿਬ ਤੁਹਾਡੇ ਕੋਈ ਇਨਫੋਰਮੇਸ਼ਨ ਮੰਗਦੇ ਆ ਉਹਦੇ ਲਈ ਜਿਹੜੀ ਸਰਕਾਰ ਹੈ ਪਾਬੰਦ ਹੁੰਦੀ ਹੈ, ਲੇਕਿਨ ਭਗਵੰਤ ਮਾਨ ਜੀ ਆਪਣਾ ਸਿਸਟਮ ਚਲਾ ਰਹੇ ਆ ਜਿਹੜਾ ਕਿ ਬਹੁਤ ਹੀ ਮੰਦਭਾਗਾ ਵਾ। ਔਰ ਗਵਰਨਰ ਸਾਹਿਬ ਨੇ ਕਿਹਾ ਕਿ ਮੈਂ 10 ਲੈਟਰਾਂ ਭੇਜੀਆਂ ਕਿ ਮੈਨੂੰ ਇਹਨਾਂ ਗੱਲਾਂ ਦਾ ਜਵਾਬ ਦਿਓ, ਲੇਕਿਨ ਉਹਦੇ ਵਿੱਚ ਇੰਨਾ ਅਹਿਮ ਅਤੇ ਹੰਕਾਰ ਹੈ ਕਿ ਉਹਨੇ ਇੱਕ ਵੀ ਚਿੱਠੇ ਜਵਾਬ ਨਹੀਂ ਦਿੱਤਾ ਉਹਨੇ, ਉਹ ਉਲਟਾ ਸਗੋਂ ਉਹਨਾਂ ਦੀ ਗਰਮਾ ਨੂੰ ਉਹ ਭੰਗ ਕਰਨ ਡਿਆ ਵਾ।